ਸੋ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਕਿ 5.5 ਦਾ ਤਰੁੱਥ ਕੀ ਹੈ ਜੀ 5.5 ਤੇ ਵੀਜ਼ੇ ਦਾ ਤਰੁੱਥ ਕੀ ਹੈ ਇੰਨੇ ਜ਼ਿਆਦਾ ਮੈਸੇਜ ਕਿ ਭਾਅ ਜੀ ਸਾਡੇ 5.5 ਆਏ ਆ ਇੱਕ ਮਡਿਊਲ 'ਚੋਂ ਵੀਜ਼ਾ ਆਊਗਾ ਕਿ ਨਹੀਂ ਆਊਗਾ ਭਾਅ ਜੀ ਸਾਡੇ 7 ਆ ਓਵਰਆਲ ਬਟ ਇੱਕ 'ਚੋਂ 5.5 ਆ ਵੀਜ਼ਾ ਆਊਗਾ ਕਿ ਨਹੀਂ ਆਊਗਾ ਯਾਰ ਦੇਖੋ ਵੀਜ਼ਾ ਆਉਣਾ ਨਹੀਂ ਆਉਣਾ ਇਹ ਸਾਰਾ ਕੁਝ ਤਾਂ ਆਪਣੇ ਹੱਥ 'ਚ ਨਹੀਂ ਹੁੰਦਾ ਤੁਹਾਨੂੰ ਮੈਂ ਇਸ ਵੀਡੀਓ 'ਚ ਕਲੀਅਰ ਕਰਦਿਆਂ ਮੈਂ ਕਿਹਾ ਚਲੋ ਇੱਕ ਵੀਡੀਓ ਬਣਾਉਣਾ ਉਹਦੇ 'ਚ ਸਾਰਾ ਕੁਝ ਕਲੀਅਰ ਕਰਦਾ ਕਿ ਵੀਡੀਓ ਜ਼ਿਆਦਾ ਨਹੀਂ ਮੈਂ ਲੰਬੀ ਖਿੱਚਣੀ ਛੋਟੀ ਜਿਹੀ ਵੀਡੀਓ ਦਊਂਗਾ ਛੋਟੀ ਵੀ ਮੀਨਸ 10 ਮਿੰਟ ਦੀ ਤਾਂ ਮੈਂ ਬਣਾਊਂਗਾ ਟਰਾਈ ਕਰੂੰਗਾ ਕਿ ਉਹਦੇ ਵਿੱਚ ਸਾਰਾ ਕੁਝ ਕਲੀਅਰ ਕਰ ਸਕਾਂ ਸੋ ਦੇਖੋ ਜਦੋਂ ਆਪਣੇ ਹੁੰਦੇ ਆ ਜੀ ਬੈਂਡ 5.5 ਬੈਂਡ ਹੁਣ ਆਪਾਂ ਨੂੰ ਹੁੰਦਾ ਆ ਕਿ ਜਦੋਂ ਦੇਖੋ 777-8 ਵਾਲੇ ਦੀ ਵੀ ਰਿਫਿਊਜ਼ਲਾਂ ਆਉਂਦੀਆਂ ਅਤੇ ਨਹੀਂ 777-8 ਦੀ ਨਹੀਂ ਮੈਂ ਕਹਿ ਰਿਹਾ ਸੋਰੀ ਮੈਡਮ 777-8 ਕਿਸੇ 'ਚੋਂ ਵੀ ਹੋਵੇ ਚਲੋ ਐਜ਼ ਅ ਸਟੂਡੈਂਟ ਉਹਦੀ ਵੀ ਰਿਫਿਊਜ਼ਲ ਆ ਜਾਂਦੀ ਹੈ ਦੋ ਦੋ ਤਿੰਨ ਤਿੰਨ ਵਾਰੀਆਂ ਵੀ ਆ ਜਾਂਦੀਆਂ ਅਤੇ ਇੱਕ 'ਚੋਂ 5.5 ਵਾਲੇ ਦਾ ਵੀ ਵੀਜ਼ਾ ਆ ਜਾਂਦਾ ਠੀਕ ਹੈ ਜੀ ਤੋ ਸੋ ਇਹ ਤਾਂ ਜਿਹੜੀ ਆ ਜੀ ਇਹ ਤਾਂ ਛੱਡ ਦਿਓ ਮਾਇੰਡ 'ਚੋਂ ਕਿ ਸਾਡਾ ਵੀਜ਼ਾ ਆਊਗਾ ਕਿ ਨਹੀਂ ਆਊਗਾ ਇਹ ਤਾਂ ਤੁਸੀਂ ਰੱਬ ਦੇ ਤਾਂ ਛੱਡ ਦਿਓ ਵਾਹਿਗੁਰੂ ਦੀ ਅੱਗੇ ਅਰਦਾਸ ਕਰੋ ਕਿ ਬਾਬਾ ਜੀ ਸਾਡਾ ਵੀਜ਼ਾ ਆਵੇ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਦੱਸਦਾ ਹਾਂ ਕਿ ਕੀ ਹੁੰਦਾ ਆ ਜਦੋਂ ਦੇਖੋ ਜੀ ਜਦੋਂ ਹੁਣ ਤੁਹਾਡੇ ਆਏ 777 ਸਪੋਜ਼ ਕਰੋ ਤੁਹਾਡੇ ਆ ਗਏ 7766 ਠੀਕ ਹੈ ਹੁਣ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਵੱਲੋਂ ਤੁਹਾਡੇ ਬੈਂਡ 100% ਆ ਤੁਹਾਡੀ ਫਾਈਲ ਦੇ ਨਾਲ ਪੂਰੇ ਮੈਚ ਕਰਦੇ ਆ ਤੁਹਾਡੀ ਫਾਈਲ ਪੂਰੀ ਰੈਡੀ ਆ ਹੁਣ ਤੁਸੀਂ ਅੰਬੈਸੀ 'ਚ ਦਿੰਦੇ ਹੋ ਆਪਣੇ ਵੱਲੋਂ 100% ਤਿਆਰ ਹੋ ਕੇ ਬਟ ਜਦੋਂ ਤੁਹਾਡੇ 1 'ਚ 5.5 ਹੁੰਦੇ ਆ ਠੀਕ ਆ ਉਦੋਂ ਕੀ ਹੁੰਦਾ ਕਿ ਤੁਸੀਂ ਅੱਗੇ ਹੀ 70% ਕੇਸ 'ਚ ਚੱਲਦੇ ਹੋ ਤਾਂ ਬਾਕੀ ਭਾਵੇਂ ਤੁਹਾਡੀ ਫਾਈਲ ਸਹੀ ਆ ਜਦੋਂ ਤੁਸੀਂ ਅੰਬੈਸੀ ਪਹੁੰਚਾਉਂਦੇ ਹੋ ਉਹ 70% 'ਚੋਂ ਹੁਣ ਅੰਬੈਸੀ 'ਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਵੀਜ਼ਾ ਦਿੰਦੀ ਆ ਕਿ ਨਹੀਂ ਦਿੰਦੀ 70% 'ਤੇ ਉਹ 70 ਨੂੰ ਰਿਜੈਕਟ ਕਰੇਗੀ 100 ਨੂੰ ਪਹਿਲਾਂ ਚੁੱਕੇਗੀ ਕਿ 100 ਨੂੰ ਰਿਜੈਕਟ ਕਰਕੇ 70 ਪਹਿਲਾਂ ਚੁੱਕੇਗੀ ਤੁਸੀਂ ਆਪੇ ਦਿਮਾਗ ਲਾ ਸਕਦੇ ਹੋ ਠੀਕ ਆ ਸੋ ਇਹ ਦੋ ਚੀਜ਼ਾਂ ਹੁੰਦੀਆਂ ਪਹਿਲਾਂ ਉਹਨਾਂ ਨੇ ਬੈਸਟ ਵਾਲੇ ਚੱਕਣੇ ਆ ਸੋ ਇਹ ਮੈਂ ਬੜੇ ਲੋਕ ਕੀ ਕਹਿੰਦੇ ਆ ਬਾਈ ਸਾਡੇ 1 'ਚੋਂ 5.5 ਆ 2 'ਚੋਂ 5.5 ਆ ਮੈਂ ਕਹਿੰਦਾ ਆਉਂਦੇ ਆ ਕੋਈ ਚੱਕਰ ਨਹੀਂ ਆਉਂਦੇ ਆ ਰੀਟਰਾਈ ਕਰੋ ਟਰਾਈ ਕਰੋ ਇੱਕ ਨਾ ਇੱਕ ਦਿਨ ਤਾਂ 6 ਈਚ ਆਉਣਗੇ ਇੱਕ ਨਾ ਇੱਕ ਦਿਨ ਕਿ ਯਾਰ 1 ਮਹੀਨਾ ਚੰਗੀ ਤਰ੍ਹਾਂ ਮਿਹਨਤ ਕਰ ਲਓ 2 ਮਹੀਨੇ ਮਿਹਨਤ ਕਰ ਲਓ ਆ ਜਾਂਦੇ ਆ ਠੀਕ ਹੈ ਜੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਸਟੈਪ ਦੀ ਕਿ ਜਦੋਂ ਆਪਣੇ 5.5 ਹੁੰਦੇ ਆ ਆਪਾਂ ਕੀ ਕਰਦੇ ਹਾਂ ਰਿਐਲਿਟੀ ਕੀ ਆ 5.5 'ਤੇ ਵੀਜ਼ੇ ਦੀ ਰਿਐਲਿਟੀ ਕੀ ਆ ਮੈਂ ਇਸ ਵੀਡੀਓ 'ਚ ਦੱਸ ਰਿਹਾ ਵਾਂ ਕਿ ਜਦੋਂ 5.5 ਹੁੰਦੇ ਆ ਆਪਾਂ ਏਜੰਟ ਦੇ ਕੋਲ ਜਾਂਦੇ ਹਾਂ ਭਾਅ ਜੀ ਸਾਡੇ 5.5 ਬੈਂਡ ਆ ਗਏ ਹੁਣ ਸਾਨੂੰ ਦੱਸੋ ਅਸੀਂ ਕੀ ਕਰੀਏ ਹੁਣ ਏਜੰਟ ਕੀ ਕਰਦਾ ਏਜੰਟ ਨੂੰ ਦੇਖੋ ਏਜੰਟ ਨੂੰ ਕੋਈ ਮੈਟਰ ਨਹੀਂ ਆ ਤੁਹਾਡਾ ਰਿਫਿਊਜ਼ਲ ਆਵੇ ਤੁਹਾਡਾ ਵੀਜ਼ਾ ਆਵੇਗਾ ਉਹਦੇ 'ਚ ਪੈਸੇ ਜ਼ਿਆਦਾ ਬਣਨਗੇ ਰਿਫਿਊਜ਼ਲ ਆਏਗੀ ਉਹਦੇ ਤਾਂ ਵੀ ਥੋੜ੍ਹੇ ਬਹੁਤੇ ਉਹਦੇ ਬਣ ਜਾਣੇ ਆ ਮੈਂ ਦੱਸਦਾ ਹੁਣ ਕਿੱਦਾਂ ਹੁਣ ਜਦੋਂ ਤੁਸੀਂ ਕਿਸੇ ਏਜੰਟ ਕੋਲ ਜਾਂਦੇ ਹੋ ਤੁਸੀਂ ਕੀ ਕਰਦੇ ਹੋ ਤੁਸੀਂ ਕਹਿੰਦੇ ਹੋ ਜੀ ਸਾਡਾ 5.5 ਆਏ ਆ 1 'ਚੋਂ ਏਜੰਟ ਕਹਿੰਦਾ ਜੀ ਲਾ ਦਿਆਂਗੇ ਵੀਜ਼ਾ 100% ਛੋਟੀ ਹੈ ਕਿੱਦਾਂ ਯਾਰ ਉਹ ਭਗਵਾਨ ਸੋਰੀ ਆ ਉਹ ਕਿੱਦਾਂ ਤੁਹਾਨੂੰ 100% ਛੋਟੀ ਦੇ ਦੇਗਾ ਮੈਂ ਤੁਹਾਨੂੰ ਦੱਸਦਾ ਹੁਣ ਕੀ ਹੁੰਦਾ ਆ ਕਿ ਜਦੋਂ 5.5 ਹੁੰਦੇ ਆ ਉਹ ਕੋਲਜਿਸ ਦੇਖਦੇ ਆ ਜਿਹੜੇ ਕੋਲਜਿਸ ਦੇ ਵਿੱਚ 5.5 ਦੀ ਐਡਮਿਸ਼ਨ ਦੀ ਰਿਕੁਆਇਰਮੈਂਟ ਹੁੰਦੀ ਆ ਜਿਵੇਂ ਹੁਣ ਸਾਰੇ ਜਣੇ ਮੋਂਟਰੀਅਲ ਕਿਉਂ ਜਾ ਰਹੇ ਆ ਬਿਕੋਜ਼ ਉੱਥੇ ਕਈ ਕੋਲਜਿਸ ਇੱਦਾਂ ਦੇ ਆ ਜਿਹੜੇ 5.5 'ਤੇ ਐਡਮਿਸ਼ਨ ਦਿੰਦੇ ਆ ਠੀਕ ਹੈ ਜੀ ਜਦੋਂ 5.5 'ਤੇ ਐਡਮਿਸ਼ਨ ਆਪਾਂ ਆਫਰ ਲੈਟਰ ਅਪਲਾਈ ਕਰਦੇ ਹਾਂ ਏਜੰਟ ਕਹਿੰਦਾ ਜੀ ਕਿ ਇੰਨੇ ਪੈਸੇ ਪਹਿਲਾਂ ਮੇਰੇ ਜਮ੍ਹਾਂ ਕਰਾਓ ਫਿਰ ਇੰਨੇ ਪੈਸੇ ਆਫਰ ਲੈਟਰ ਦੇ ਦਿਓ ਆਫਰ ਲੈਟਰ ਤਾਂ ਚਲੋ ਕਾਲਜ ਕੋਲ ਚੱਲ ਗਏ ਇੰਨੇ ਪੈਸੇ ਉਹਨੇ ਜਿਹੜੇ ਆਪਣੇ ਜਮ੍ਹਾਂ ਕਰਾਏ ਰੱਖ ਲਏ ਠੀਕ ਆ ਫਿਰ ਉਸ ਤੋਂ ਬਾਅਦ ਉਹ ਕੀ ਕਰਦਾ ਤੁਹਾਡੀ ਆਫਰ ਲੈਟਰ ਆਉਂਦੀ ਹੈ ਤੁਹਾਨੂੰ ਕਹਿੰਦਾ ਜੀ ਹੁਣ ਫਾਈਲ ਲਾਉਣੇ ਆ ਇੰਨੇ ਪੈਸੇ ਦਿਓ ਤੁਸੀਂ ਉਹਨੂੰ ਪੈਸੇ ਦੇ ਦਿੰਦੇ ਹੋ ਫਿਰ ਉਸ ਤੋਂ ਬਾਅਦ ਅੰਬੈਸੀ ਫੀਸ ਸੋ ਇਹ ਸਾਰਾ ਖਰਚਾ ਪਾ ਕੇ ਉਹਨੂੰ ਕੋਈ ਮਤਲਬ ਨਹੀਂ ਅਗਰ ਉਹਦਾ ਤੁਹਾਡਾ ਵੀਜ਼ਾ ਆ ਗਿਆ ਉਹਨੂੰ ਕਾਲਜ ਤੋਂ ਕਮਿਸ਼ਨ ਅਗਰ ਨਹੀਂ ਆਇਆ ਤਾਂ ਉਹਨੂੰ ਤੁਹਾਡੇ ਵਾਲੇ ਪੈਸੇ ਜਿਹੜੇ ਤੁਸੀਂ ਦਿੱਤੇ ਸੀ ਉਹ ਮਿਲ ਹੀ ਜਾਣੇ ਆ ਠੀਕ ਹੈ ਸੋ ਦੇਖੋ ਹੁਣ ਉਹਨੇ ਕੀ ਕੀਤਾ ਉਹਨੇ ਫਾਈਲ ਲਾ ਦਿੱਤੀ ਹੁਣ ਜਦੋਂ ਆਪਣੀ ਫਾਈਲ ਜਾਂਦੀ ਹੈ ਸਪੋਜ਼ ਕਰੋ ਆਹ ਕੋਟਾ ਪਿਆ ਜੀ 5.5 ਵਾਲਿਆਂ ਦਾ ਆਹ ਕੋਟਾ ਪਿਆ ਜੀ 6 ਈਚ ਵਾਲਿਆਂ ਦਾ ਅੰਬੈਸੀ ਕਿਹਨੂੰ ਪਹਿਲਾਂ ਚੱਕੇਗੀ 6 ਈਚ ਨੂੰ ਚੱਕੇਗੀ ਨਾ ਫਿਰ ਇੱਧਰ ਆਏਗੀ ਨਾ ਰਿਕੁਆਇਰਮੈਂਟ ਲਈ ਜੇ ਉਸੇ ਕੋਰਸ 'ਚ ਤੁਸੀਂ 5.5 'ਤੇ ਜਾ ਰਹੇ ਹੋ ਉਸੇ ਕੋਰਸ 'ਚ ਤੁਸੀਂ 6 ਈਚ 'ਤੇ ਜਾ ਰਹੇ ਹੋ 6 ਈਚ ਨੂੰ ਪਹਿਲਾਂ ਚੱਕੇਗੀ 5.5 ਓਬਵੀਅਸਲੀ ਬਾਅਦ 'ਚ ਚੱਕੇਗੀ ਸੋ ਇਹ ਸੱਚਾਈ ਹੈ ਜੀ ਕਿ 5.5 ਵਾਲਿਆਂ ਦਾ ਵੀਜ਼ੇ ਦੀ ਸੱਚਾਈ ਕੀ ਆ ਇੰਨੇ ਮੈਸੇਜਿਸ ਸੀ ਮੈਂ ਕਿਹਾ ਇੱਕੋ ਵੀਡੀਓ ਬਣਾ ਕੇ ਅੱਜ ਕਲੀਅਰ ਕਰਦਾ ਹਾਂ ਅਤੇ ਸੋ ਇਹ ਸੱਚਾਈ ਆ 5.5 ਵਾਲਿਆਂ ਦੀ ਅਤੇ ਇਹ ਏਜੰਟ ਕਰਦੇ ਆ ਨੋਰਮਲੀ ਆ ਇਹਦੇ ਵਿੱਚ ਕੋਈ ਮਤਲਬ ਫੇਕਨੈਸ ਨਹੀਂ ਆ ਇਹ ਏਜੰਟ ਕਰਦੇ ਆ ਏਜੰਟ ਦਾ ਕੰਮ ਆ ਪੈਸੇ ਕਮਾਉਣ ਉਹ ਵੀ ਪੈਸੇ ਕਮਾਉਣ ਨੂੰ ਬੈਠਾ ਹੁਣ ਇਸ ਰਿਸਪੋਂਸੀਬਿਲਟੀ ਸਾਡੀ ਬਣਦੀ ਆ ਕਿ ਅਸੀਂ ਬਾਹਰ ਜਾਣਾ ਕਿਹੜੇ ਕਾਲਜ 'ਚ ਜਾਣਾ ਕਿਹੜਾ ਕੋਰਸ ਕਰਨਾ ਉਹਦੀ ਐਲੀਜੀਬਿਲਟੀ ਕੀ ਆ ਉਹਦਾ ਸਾਰਾ ਚੈੱਕ ਕਰਨਾ ਇਹ ਸਾਡੀ ਮਤਲਬ ਸਿਰਦਰਦੀ ਹੈ ਠੀਕ ਹੈ ਹੁਣ ਅਸੀਂ ਕੀ ਕਰਦੇ ਹਾਂ ਅਸੀਂ ਸਾਰਾ ਕੁਝ ਏਜੰਟ ਦੇ ਉੱਤੇ ਸੁੱਟ ਦਿੰਦੇ ਕਿ ਬਾਈ ਹੁਣ ਤੈਨੂੰ ਪੈਸੇ ਦੇ ਤੇ ਤੂੰ ਹੀ ਸਾਰਾ ਕੁਝ ਕਰਨਾ ਅਸੀਂ ਤਾਂ ਕੁਛ ਨਹੀਂ ਕਰਨਾ ਇੱਦਾਂ ਨਹੀਂ ਹੁੰਦਾ ਯਾਰ ਇੰਟਰਨੈਟ ਦਾ ਜ਼ਮਾਨਾ ਆ ਗਾਈਜ਼ ਜਾਓ ਜਾ ਕੇ ਸਰਚ ਕਰੋ ਸਾਰੀ ਰਾਤ ਬਹੋ ਟਿਕਟੋਕ
मैं माड़ा नहीं कहता कि टिकटॉक चलानी माड़ी है, स्नैपचैट चलानी माड़ी आ, 10 मिनट 20 मिनट उहदे चों कढ के इधर यूज करो, मैं गरंटी दिंदा हाँ बेस्ट चीज़ लभोगे। तो अगले बंदे नूं मूँह तोड़ जवाब देने वाले होवोगे, जे अगला गलत गाइड करेगा तो उहनूं तुसीं सही गाइड करो, उहनूं तुसीं आप कह दोगे भाई तू इत्थे गलत आ, ठीक है, ये चीज़ होंदी है। सो 5.5 वाला तो मेरा फोन चार्जिंग ते आ, उहदे विच मैं तुहानूं हुणे दिखाउणा सी कि किन्ने मैनूं मैसेजिज आ रहे जी 5.5 दे वीज़ा वीरे वीज़ा आ जाऊगा वीरे, सक्सैस रेट की आ, ते भाजी सक्सैस रेट की आ, भाजी साडा आ कॉलेज आ। देखो जी मैं एजेंट नहीं हाँ, मैं तुहानूं पहला भी कहा मैं एजेंट नहीं हाँ, मैं तुहानूं तां एक वैसे गाइड करदा जो इनफोरमेशन मेरे को होंदी है, मैं तुहानूं गाइड कर दिंदा कि हाँ जी ये इनफोरमेशन है जी, तुहाडे तक पहुँच जाए तो तुसीं समझ जाओ तुहानूं कितें धोखा ना मिले, बिकॉज मैनूं पता मैं किहड़े टाइम चो निकले हाँ, मेरे फ्रेंड्स किहड़े टाइम चो निकले आ। सो मैं तो मेरा एक फ्रेंड हुंदा सी रोबिन, तो वह इस वेले इंग्लैंड आ, सानू दोनों पता है कि अं इनफोरमेशन इकट्ठी करने वास्ते भी सवेर के निकलते हाँ तो शामों घर वड़ते हाँ, कोई जगह नहीं छड़ते, साढ़े को सारा कुछ सी, बट अं फिर भी इनफोरमेशन इकट्ठी करी जाने हाँ, नैट तो इकट्ठी करते हाँ, राती फिर दोनों जने इकट्ठे बह के सलाह करते हाँ कि अच्छा आह चीज़ आह चीज़ आह चीज़ आह चीज़। उन्हें इंग्लैंड चल गया, मैं जी कैनेडा आ गया, तो इदा चलो वो गल वक्री आ, बट फिर भी मैं दसना चाहना कि ये 5.5 की सच्चाई है कि 5.5 का वीज़ा किदा आऊगा, ये तुम सारा कुछ दसिया, ठीक है। हूँ 5.1 क्वेश्चन होर आया कि यार 5.5 तो आ गए, मेरा एजेंट कहता जी 100% मेरा वीज़ा आएगा ही आएगा, ठीक है, बट मैं श्योर नहीं हाँ। यार जिनी देर तक तुम श्योर नहीं हो फिर फाइल क्यों लगा जाओगे, ठीक है जी, श्योर हो के फाइल लगा जाओ तो बेस्ट आ, ठीक है। एक रिफ्यूजल आ गई, मैं तुम प्लीज़ एक सजेशन देना कि एक रिफ्यूजल आ गई, वो रिफ्यूजल तो बाद वेच दोबारा फाइल ला के वीज़ा लेना थोड़ा टफ हो जाता जी, थोड़ा जहा टफ हो जाता, इस चीज़ को दिमाग च रखियो, एक रिफ्यूजल तो बाद दूजे ते वीज़ा टफ हो जाता अगर तुसीं इंप्रूवमेंट नहीं की, अगर इंप्रूवमेंट करके ला रहे हो फिर तो चलो आ जाएगा, कोई चक्कर नहीं है। बाकी ये जी अज की कि 5.5 का तुरुत की आ, 5.5 के उत्ते सानू एडमिशन मिलेगी कि नहीं मिलेगी। बाकी अगर तुहानू कोई भी हैल्प चाहिए आ मेरे कोलो तां इंस्टाग्राम से आ जाओ, इंस्टाग्राम के उत्ते मैं तुहानू इत्थे लिंक दे दिंदा, इंस्टाग्राम से आ के मैनू फॉलो करो, मैसेज कर लियो, मैं सारा दा रोज़ रिप्लाई करता, रोज़ के बड़े मैसेज ही आते हैं, तो कई बार मैं जो जॉब पर होना फिर औखा हो जाता, बट मैं ट्राई करता कि रोज़ का रोज़ हर किसी मैसेज करा, डिले ना करा, तो ये चीज़ा हैं गाइज। सो अगर तो वीडियो वधिया लगी आ तां लाइक शेयर कमेंट करके जायो, चैनल में सबसक्राइब करके जायो, जुलाई तो गाइज नाल जोड़ जो, सो जुलाई मीनस 1 जुलाई तो इस चैनल के वीडियोज़ के धमाके पैने, जुड़े रहो, बस जुड़े रहो, मैं यही कह सकता जुड़े रहो, बड़ी वधिया वधिया वीडियोज़ आनगियां, तुहाडे लई इनफॉर्मेशन होणी पूरी होएगी प्रोपर, तो एक खुशी भी खुशखबरी भी देनी आ, वह भी 2 दिन पहला दवांगा। तो बाकी जो वीडियो वधिया लगी आ लाइक शेयर कमेंट करके सब कुछ कर दे, मैं बोलता जो करना करो, अपने घरदियां नूं तंग ना करो, बाय बाय।